ਕਿਸੇ ਹੁਸੈਨ ਦੀਆਂ ਭੈਣਾਂ ਨੂੰ ਇਸ ਤਰ੍ਹਾਂ ਮਾਰਿਆ ਨੇ। ਜੇ ਵਤਨ ਤੇ ਆਈਏ, ਜੇ ਸਾਹਮਣੇ ਚ ਗਈਏ ਤੇ ਸ਼ੌਹਰ ਨਹੀਂ ਸੀ ਆਤੀ, ਪੇਕਿਆਂ ਚ ਗਈਏ ਤਾਂ ਫਿਰਾਵਾਂ ਨਹੀਂ ਸੀ। ਮੇਰੇ ਪਾਸ ਰੱਖਣਾ ਕਮਜ਼ੋਰ ਤੇ ਕੰਬਦੇ ਹੋਏ ਹੱਥ ਮੱਥੇ ਤੇ ਰੱਖ ਲਿਆ ਪੁੱਤਰਾ ਮੋਈ ਤਸੀ ਮਰਕਾ ਦੇ ਮੁਹੰਮਦ ਤੋਂ ਆਵਾਜ਼ ਆਈ, ਬੇਟੀ ਆਦਲ ਪੀਰ ਦੀ ਧੀ ਹੈ, ਨਾਨਾ ਪਿਆ ਪੁੱਛਦਾ ਸਲਾਮ ਹੀ ਕੀਤੀ ਤੇ ਸਾਹ ਭੋਂ ਕੱਢਿਆ, ਸਲਾਮ ਤੇ ਸਾਹ ਭੋਂ ਕੱਢਿਆ। ਨਾਨਾ ਮੈਂ ਦੋ ਗੱਲਾਂ ਕਰਨ ਆਈਆਂ, ਇੱਕ ਸ਼ਿਕਵਾ ਕਰਨ ਆਈਆਂ, ਇੱਕ ਸ਼ੁਕਰੀਆ ਅਦਾ ਕਰਨ ਆਈਆਂ। ਫਿਰ ਮੈਂ ਤੈਨੂੰ ਸ਼ਿਕਵਾ ਕਹਿੰਦਾ, ਮੇਰੀ ਸੈਣਾ ਦੀ ਤੁਹਾਡੇ ਹੁੰਦੀਆਂ ਬੇਟੀ ਉਹ ਕਿਉਂ? ਨਾਨਾ ਤੇਰੀ ਪੱਗ ਦੀ ਕਸਮ, ਈਸਾ ਦੇ ਉਮਤੀ ਚਾਦਰਾਂ ਦਿੰਦੇ ਹਾਂ, ਤੁਹਾਡੇ ਉਮਤੀ ਨੇਜ਼ੇ ਨਾਲ ਲਹਾ। ਮੇਰਾ ਸ਼ਾਗਿਰਦ ਦੇ ਰਾਜ ਸਾਬਿਤ ਕਰਾਮ ਵਕੀਲ ਵੀ ਇਹ ਬੜਾ ਅੱਛਾ ਲੱਗ ਰਿਹਾ ਅਤੇ ਦਿਲ ਸਾਹਿਬ ਪਿਛਲੇ ਸਾਲ ਫੈਸਲਾ ਮੇਰੇ ਬਾਅਦ ਬਾਬੇ ਸੁਜਾਤ ਸ਼ਾਹ ਸ਼ੁਮਾਰੀਆ ਲਿਖਣ ਨੇ ਬੜੇ ਅਜੀਬ ਲਾਤਰ ਨਾਮ ਮਰ ਲਾ ਉਹਨਾਂ ਮੇਰਾ ਪੰਜਾਬ ਅਤੇ ਯਾਰ ਸਾਰਿਆਂ ਦੇ ਰਵਣ 'ਚ ਦਿੱਲੇ ਇੱਕ ਸਤਰ ਮੇਰੀ ਤਰਫ ਪਰ ਮੈਂ ਕਿਸ਼ਾ ਨੂੰ ਫਰਮਾ ਉਹਨਾਂ ਆਖਿਆ ਹੱਥ ਹੱਥ ਨਾ ਕੰਬਦੇ ਪਏ ਮੇਰੇ ਪਾਸ ਵੀ ਕਹਿ ਸ਼ਾਹ ਸਾਹਿਬ ਆਖਿਆ ਇਹ ਪੜ ਸੱਜੇ ਕੰਬਦੇ ਹੱਥ ਨਾਲ ਸੱਜੇ ਦੇ ਸੱਜਾ ਦਾਤ ਨਾ ਪਿਆ ਖੱਬੇ ਕੰਬਦੇ ਹੱਥ ਨਾਲ ਬਾਕਰ ਬਣਾ ਲਿਆਉਂਦਾ ਦੂਆ ਪੁੱਤਰਾਂ ਦੇ ਹੱਥ ਮੁਹੰਮਦ ਦੀ ਕਬਰ 'ਚ ਰੱਖਿਆ ਜੀ ਜ਼ਰਾ ਬਹਿਰਾ ਉਹਨਾਂ ਤੁਹਾਡੇ ਬਚਾ ਆਈਆਂ ਬੇਟਾ ਜੀ ਸਲਾਮ ਹੀ ਕੀਤੇ ਤੇ ਸਾਫ ਨਾਨਕ ਦੀ ਗੱਲ ਵਿੱਚ ਬਾਈ ਚਪਾਈਆਂ ਬੀਬੀਆਂ ਦੀ ਤੁਸੀਂ ਵੀ ਉਸ ਮੈਂ ਹੀ ਉਸ ਅੱਲਾਹ ਦਾ ਜਹਾਨ ਉਸ
تسا میں لگنا جعفر تیار اج اللہ کا جہان اکٹھا او سارا مرشد علی آ گیا سارے مرشد کے سامنے گائن وہ پڑ جا حبیب پور پڑھے ہی نہ ہو تاکہ میں شہر چ مولا نے مکان دے لیے دنیا دی مکان رسول آدم بیٹی یہ تحاشی تو شکریہ کہنا ادا کرنے میری سینا دی پکھیاں دا رسول آدم بیٹی کھلتیاں دا شکوا تے پکھیاں دا شکریہ بیٹی حسینیت